हाँ जी, थोड़े सारे का बहुत बहुत स्वागत है मेरे यूट्यूब चैनल पर। मैंने पूरी उम्मीद है कि तुम सारे ठीक होवोगे। अज की वीडियो आप गल करेंगे परम पायल की। तुम सारे इनू जानते ही होने, पर मैं इनू जानना शुरू किया इस वीडियो तो। मेरा ना बचपन एक बहुत बड़ा सुपना सी कि मैं मॉडलिंग करांगे। ते मैं चाहनी हाँ कि मैं चीमा बाई की बहुत वड्डी फैन हाँ, ते उन्होंने सिंगिंग की मैं इन्नी फैन हो चुकी हाँ। बहुत वधिया सॉन्ग गाते हैं वो। ते मेरा बचपन तो सुपना सी कि मैं मॉडलिंग करांगे, बट ये सपना पूरा नहीं होया। पर मैं चीमा जी रिक्वेस्ट करनी हाँ कि अपना न्यू ट्रैक सिंगल ट्रैक बनावे, ते उन्होंने सॉन्ग विच मैं लीड ते मॉडलिंग करा। ते आ सुनेहा चीमा बाई जी प्लीज बचा दो, क्योंकि मैं उन्होंने बहुत वड्डी फैन हाँ। ते वो बहुत वधिया गाते ने, मेरे दिल के करीब ने बहुत ज्यादा। ते बहुत मैं उन्हें लाइक भी कर दी हाँ। शहर कनेडा इंग्लैंड तक फेमस हो गया, शहर इंग्लैंडा तक, शहर इंग्लैंड कनेडा मेलबोर्न टोरंटो तक फेमस हो गया। फेमस सिंगर हरमन चीमा जी, इन्हां दे नाल फिर परम पायल का पहला गाना आया इंडस्ट्री च, पैर इन्हां दे राही रख्या सीगा परम पायल ने। जिदा कि परम पायल नूं आदत आ ना कॉन्ट्रवर्सियां करन दी, ते इस गाने तो बाद भी परम पायल ने कॉन्ट्रवर्सी कीती सीगी। इन्हें पता नहीं कहड़े डायरैक्टर पता नहीं प्रोड्यूसर ते इल्जाम लाते सीगे, फिर चीमा जी ने आके सफाई दित्ती सीगा। फिर आपां फिर दुबारा होए आं, आपां परमजीत बारे गल कर रहे सी जिहड़ी अपनी सिनेटिया गाने दी मॉडल सीगी। ਅਤੇ ਮੈਨੂੰ ਪਤਾ ਲੱਗਿਆ ਕਿ ਉਹਨੇ ਇੰਦੀਪ ਲਿੰਗ ਭਾਅ ਜੀ ਬਾਰੇ ਬਹੁਤ ਗਲਤ ਬੋਲਿਆ ਆ ਜੀ, ਅਤੇ ਬਹੁਤ ਮਾੜੀ ਗੱਲ ਆ ਵੈਸੇ ਉਹਦੇ ਲਈ। ਇਹ ਆਈ ਨਹੀਂ ਸੀ ਫੋਨ, ਇਹਦਾ ਕਾਲ ਆਇਆ ਸੀਗਾ ਕਿ ਵੀ ਮੈਨੂੰ ਵੀ ਆਪਣਾ ਵੀ ਲੈ ਜਾਓ ਤੁਹਾਡਾ ਟੂਰ ਚੱਲਿਆ ਹੈ। ਅਤੇ ਭਾਅ ਜੀ ਇੰਦੀਪ ਭਾਅ ਜੀ ਕਹਿੰਦੇ ਵੀ ਆਪਣਾ ਇਹ ਬੰਦੇ ਪੂਰੇ ਪੂਰੇ ਨੇ, ਹੁਣ ਤਾਂ ਔਖਾ ਆ। ਪਰ ਫਿਰ ਬਾਅਦ ਦੇ ਵਿੱਚ ਇਹ ਜੀ ਕਰਨ ਲੱਗ ਗਈ, ਕਹਿੰਦੀ ਨਹੀਂ ਮੈਨੂੰ ਵੀ ਲੈ ਕੇ ਜਾਓ। ਅਤੇ ਪਰ ਫਿਰ ਭਾਅ ਜੀ ਨੇ ਝਾੜ ਕੇ ਭਜਾਤੀ ਵੀ ਛੱਡ ਪਰੇ ਹੈ ਨਾ, ਵੀ ਜਦ ਤੇਰਾ ਵੀਜ਼ਾ ਲੱਗ ਹੁਣ ਪੂਰੇ ਪੂਰੇ ਬੰਦੇ ਨੇ ਹਨਾ। ਤੇ ਪਰ ਫਿਰ ਵੀ ਇਹਨੇ ਬਾਅਦ ਦੇ ਵਿੱਚ ਫੋਨ ਕਰਦੇ ਰਹੀਏ ਸਾਰਿਆਂ ਨੂੰ ਕਿ ਮੇਰਾ ਵੀ ਲਵਾ ਦਿਓ, ਮੇਰਾ ਵੀ ਲਵਾ ਦਿਓ, ਮੇਰਾ ਵੀ ਲਵਾ ਦਿਓ ਵੀਜ਼ਾ। ਪਰ ਉਹਨੇ ਗਲਤ ਕੀਤਾ ਜੀ ਇਹ। ਤੇ ਬਾਅਦ ਦੇ ਵਿੱਚ ਕਹਿੰਦੀ ਜੀ ਇੰਦੀਪ ਲਿੰਗ ਮੇਰੇ ਨਾਲ ਸੋਊਗਾ ਇੱਦਾਂ, ਕਿ ਬਹੁਤ ਗਲਤ ਗੱਲ ਕੀਤੀ। ਤੇ ਹੁਣ ਸਾਰੇ ਪ੍ਰੋਡਿਊਸਰਾਂ ਨੂੰ ਗਲਤ ਬੋਲ ਰਹੀ ਆ ਜੀ, ਤੇ ਗਲਤ ਬੋਲ ਰਹੀ ਆ, ਤੇ ਕੱਲ ਨੂੰ ਮੈਨੂੰ ਹੀ ਬੋਲੂਗੀ, ਮੈਂ ਤਾਂ ਕਰਕੇ ਬੋਲਿਆ ਮੈਂ ਕੋਈ। ਹਰਮਨ ਚੀਮੇ ਨੂੰ ਵੀ ਆਪਣੀ ਇੱਜ਼ਤ ਕਿੰਨੀ ਪਿਆਰੀ ਆ, ਉਹਨਾਂ ਨੂੰ ਡਰ ਲੱਗਦਾ ਹੈ ਕਿ ਪਰਮ ਪਾਇਲ ਕਿਤੇ ਉਹਦੇ 'ਤੇ ਨਾ ਕੋਈ ਸੱਚਾ ਝੂਠਾ ਇਲਜ਼ਾਮ ਲਾ ਦੇਵੇ ਕਿ ਇਹ ਮੇਰੇ ਬਾਰੇ ਗਲਤ ਖਿਆਲ ਰੱਖਦਾ ਆ। ਹਰਮਨ ਚੀਮੇ ਨੇ ਲਾਈਵ ਹੋ ਕੇ ਪਹਿਲੇ ਦੱਸਦਾ ਕਿ ਮੇਰੇ ਮਨ 'ਚ ਇੱਦਾਂ ਦਾ ਕੁਛ ਨਹੀਂ ਹੈਗਾ, ਅਤੇ ਇਹ ਝੂਠੇ ਇਲਜ਼ਾਮ ਲਾਉਂਦੀ ਆ ਬਾਕੀ ਪ੍ਰੋਡਿਊਸਰਾਂ 'ਤੇ ਵੀ। ਜਿਹੜੇ ਬਹੁਤ ਹੀ ਸਤਿਕਾਰਯੋਗ ਸਾਡੀ ਪੰਜਾਬ ਪੁਲਿਸ ਹੈ, ਸੋ ਪੰਜਾਬ ਪੁਲਿਸ ਨੇ ਉਹਨੂੰ ਫੋਨ ਵੀ ਕਾਫੀ ਕੀਤੇ ਅਤੇ ਉਹਨੇ ਫੋਨ ਚੱਕੇ ਨਹੀਂ ਹੈਗੇ। ਅਤੇ ਥੋੜ੍ਹੇ ਦਿਨਾਂ ਤੱਕ ਮੇ ਬੀ ਆ ਇੱਕ ਦੋ ਦਿਨਾਂ ਦੇ ਵਿੱਚ ਜੇ ਉਹਨੇ ਫੋਨ ਨਾ ਚੱਕੇ ਤਾਂ ਉਹਦੇ ਘਰ ਸੰਮਣ ਭੇਜੇ ਜਾਣਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਜਿਵੇਂ ਕਿ ਕੱਲ੍ਹ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀਗਾ ਵੀ ਮੈਂ ਕੱਲ੍ਹ ਦਾ ਟਾਈਮ ਦਿੱਤਾ ਸੀ ਪਰਮਜੀਤ ਪਰਮ ਨੂੰ, ਅਤੇ ਤਕਰੀਬਨ ਕੱਲ੍ਹ ਦਾ ਟਾਈਮ ਸਾਰਾ ਲੰਘ ਗਿਆ ਅਤੇ ਉਹਨੇ ਕੋਈ ਪ੍ਰੂਫ ਨਹੀਂ ਦਿੱਤਾ। ਅਤੇ ਅੱਜ ਮੈਂ ਕੰਪਲੇਂਟ ਮੈਂ ਕਰਾ ਕੇ ਆਇਆ ਜੀ ਸਾਈਬਰ ਕ੍ਰਾਈਮ ਦੇ ਵਿੱਚ, ਅਤੇ ਆਹ ਤੁਸੀਂ ਕੰਪਲੇਂਟ ਦੇਖ ਸਕਦੇ ਹੋ ਅਤੇ ਪ੍ਰੋਪਰ ਕੰਪਲੇਂਟ ਦਿੱਤੀ ਹੈ ਜੀ ਉਹਦੇ ਖਿਲਾਫ਼। ਅਤੇ ਕੰਪਲੇਂਟ ਨੰਬਰ ਹੈਗਾ ਜੀ 634/HD। ਮੈਂ ਫਿਰ ਤੋਂ ਮੈਂ ਬੋਲਣ ਲੱਗਿਆ 634/HD ਕੰਪਲੇਂਟ ਨੰਬਰ ਹੈ ਜੀ, ਅਤੇ ਸਾਈਬਰ ਕ੍ਰਾਈਮ ਦੇ ਵਿੱਚ। ਅਤੇ ਪੁਲਿਸ ਵਾਲਿਆਂ ਨੇ ਜਿਹੜੇ ਬਹੁਤ ਹੀ ਸਤਿਕਾਰਯੋਗ ਸਾਡੀ ਪੰਜਾਬ ਪੁਲਿਸ ਹੈ, ਸੋ ਪੰਜਾਬ ਪੁਲਿਸ ਨੇ ਉਹਨੂੰ ਫੋਨ ਵੀ ਕਾਫੀ ਕੀਤੇ ਅਤੇ ਉਹਨੇ ਫੋਨ ਚੱਕੇ ਨਹੀਂ ਹੈਗੇ। ਅਤੇ ਥੋੜ੍ਹੇ ਦਿਨਾਂ ਤੱਕ ਮੇ ਬੀ ਆ ਇੱਕ ਦੋ ਦਿਨਾਂ ਦੇ ਵਿੱਚ ਜੇ ਉਹਨੇ ਫੋਨ ਨਾ ਚੱਕੇ ਤਾਂ ਉਹਦੇ ਘਰ ਸੰਮਣ ਭੇਜੇ ਜਾਣਗੇ। ਅਤੇ ਬਾਕੀ ਤੁਸੀਂ ਲੋਕ ਸਾਰੇ ਸਿਆਣੇ ਹੋ, ਅਤੇ ਜੇ ਮੇਰੀ ਕੋਈ ਗਲਤੀ ਹੋਊਗੀ ਤਾਂ ਮੈਂ ਅੱਗੇ ਵੀ ਕਿਹਾ ਮੈਂ ਮਾਫ਼ੀ ਮੰਗੂੰਗਾ, ਠੀਕ ਆ। ਜੇ ਉਹਦੀ ਗਲਤੀ ਨਹੀਂ ਆ ਤਾਂ ਤੇ ਮੈਂ ਉਹਦੇ ਤੋਂ ਮਾਫ਼ੀ ਮੰਗੂ, ਜੇ ਉਹਦੀ ਗਲਤੀ ਆ ਤਾਂ ਫਿਰ ਮੈਂ ਉਹਦੇ 'ਤੇ FIR ਤਾਂ ਮੈਂ ਜਿਹੜੀ ਅੱਜ ਕਰਾਈ ਆ ਅਤੇ ਮੈਂ ਪ੍ਰੋਪਰ ਪਰਚਾ ਕਟਾ ਕੇ ਅਤੇ ਮੈਂ ਤੁਹਾਡੇ ਮੂਹਰੇ ਰੂਬਰੂ ਨੂੰ ਲੈ ਕੇ ਆਊਂਗਾ, ਕਿਉਂਕਿ ਅੱਜ ਜੋ ਮੇਰੇ ਨਾਲ ਹੋਇਆ ਕੱਲ੍ਹ ਨੂੰ ਕੋਈ ਵੀ ਪ੍ਰੋਡਿਊਸਰਾਂ ਦੇ ਨਾਲ ਹੋ ਸਕਦਾ। ਅਤੇ ਇਹੋ ਜਿਹੇ ਮਾਡਲਸ ਤੋਂ ਆਪਾਂ ਨੂੰ ਬਚਣਾ ਚਾਹੀਦਾ ਜੀ, ਕਿਉਂਕਿ ਦੇਖੋ ਮੈਂ ਥੈਂਕਸ ਕਰਦਾ ਹਰਮਨ ਚੀਮੇ ਦਾ, ਉਹ ਮੇਰੇ ਲਈ ਮੇਰੇ ਹੱਕ ਦੇ ਵਿੱਚ ਖੜੇ ਆ, ਹੋਰ ਵੀ ਜਿਹੜੇ ਜਿਹੜੇ ਕਲਾਕਾਰ ਮੇਰੇ ਪ੍ਰੋਡਿਊਸਰ ਭਾਈ ਮੇਰੇ ਲਈ ਖੜੇ ਨੇ, ਸੋ ਉਹਨਾਂ ਦਾ ਅਸੀਂ ਥੈਂਕ ਯੂ ਕਰਦੇ ਹਾਂ।
ਇਹਦੇ ਤੋਂ ਬਾਅਦ ਜਦੋਂ ਫਿਰ ਪਰਮ ਪਾਇਲ ਨੂੰ ਲੱਗਾ ਨਾ ਕਿ ਹੁਣ ਤਾਂ ਗੱਲ ਜ਼ਿਆਦਾ ਵੱਧ ਗਈ ਆ, ਰਿਪੋਰਟ ਵੀ ਲਿਖਾਤੀ ਆ, ਫਿਰ ਇਹਨੂੰ ਕੋਈ ਗੱਲ ਨਹੀਂ ਆਈ, ਨਾ ਇਹਦੇ ਕੋਲ ਕੋਈ ਸਬੂਤ ਸੀਗਾ ਕਿਉਂਕਿ ਇਲਜ਼ਾਮ ਝੂਠਾ ਲਾਇਆ ਸੀਗਾ ਇਹਨੇ। ਉਹਦੇ ਤੋਂ ਬਾਅਦ ਇਹਨੇ ਫਿਰ ਲਾਈਵ ਆ ਕੇ ਮਾਫੀ ਮੰਗੀ ਸੀਗੀ। ਹਿੰਦੀ ਨਾਲ ਹਿੰਦੀ ਬਲਿੰਗ ਨਾਲ ਥੋੜ੍ਹਾ ਜਿਹਾ ਮੇਰਾ ਮੈਟਰ ਹੋਇਆ ਸੀ, ਸੋ ਉਹਦੇ ਕਰਕੇ ਮੈਂ ਲਾਈਵ ਹੋਈ ਹਾਂ। ਨਹੀਂ ਯਾਰ, ਉਹ ਗੁੱਸੇ ਵਿੱਚ ਬਹੁਤ ਕੁਝ ਬੋਲਿਆ, ਜਾਂ ਤਾਂ ਮੇਰੇ ਤੋਂ ਵੀ ਬੋਲ ਹੋ ਗਿਆ ਅਤੇ ਉਹਨਾਂ ਨੇ ਵੀ ਬੋਲਤਾ, ਇਟਸ ਓਕੇ। ਚਲੋ ਮੰਨਿਆ ਕਿ ਗਲਤੀਆਂ ਹੁੰਦੀਆਂ, ਉਹ ਕਿਸ ਕਹਿੰਦੇ ਨੇ ਆਪਾਂ ਕਿਸੇ ਦੀ ਗੱਲਾਂ ਵਿੱਚ ਆ ਕੇ ਕਿਸੇ ਦੂਸਰੇ ਬੰਦੇ ਨੂੰ ਗਾਲਾਂ ਕੱਢ ਦਿੰਦੇ ਆ। ਨਹੀਂ ਚਲੋ ਮੰਨਿਆ ਕਿ ਬੰਦਾ ਇੱਦਾਂ ਕਹਿ ਦਿੰਦਾ ਆ ਕਿ ਹਾਂ ਵੀ ਕਿਸੇ ਹੋਰ ਦੀਆਂ ਗੱਲਾਂ ਵਿੱਚ ਆ ਕੇ ਮੈਂ ਇਹਨੂੰ ਗਾਲਾਂ ਕੱਢ ਦਿੱਤੀਆਂ, ਪਰ ਜਿੱਦਾਂ ਦੇ ਇਹਨੇ ਇਲਜ਼ਾਮ ਲਾਏ ਸੀ ਉਹ ਵੀ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਲਾਏ ਸੀ, ਆਪਣਾ ਦਿਮਾਗ ਨਹੀਂ ਸੀ ਇਹਦਾ ਕੰਮ ਕਰਦਾ। ਅਗਲੇ ਨੇ ਠਾਕ ਕਰਦਾ ਪਰਚਾ ਕਟਾਇਆ, ਫਿਰ ਮਾਫੀ ਮੰਗਣੀ ਪਈ ਉਸ ਤੋਂ ਬਾਅਦ। ਉਹੀ ਕੰਮ ਹੋਇਆ ਮੇਰੇ ਨਾਲ ਜੋਤ ਨਵਜੋਤ, ਸਤਿ ਸ਼੍ਰੀ ਅਕਾਲ ਭਾਅ ਜੀ ਨਾ, ਅਤੇ ਮੈਂ ਇਹਦੇ ਨੂੰ ਇੱਕ ਹੀ ਗੱਲ ਕਹਾਂਗੀ, ਇਹਦੀ ਅਗਰ ਹੋਈਆਂ ਗੱਲਾਂ ਤਾਂ ਮੈਂ ਉਹਦੇ ਲਈ ਸੋਰੀ ਮੰਗਦੀ। ਪਰ ਮੈਨੂੰ ਇਹ ਗੱਲ ਦੀ ਸਮਝ ਨਹੀਂ ਲੱਗੀ ਹੈਗੀ ਕਿ ਜਦੋਂ ਕਰਨ ਦਿੱਤੇ ਤੂੰ ਮਾਫੀ ਮੰਗਵਾਈ, ਚਲੋ ਇਹਨਾਂ ਦਾ ਆਪਸੀ ਰੌਲਾ ਹੈ ਨਾ, ਇੰਟਰਨੈਟ 'ਤੇ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਰਹਿਣੀਆਂ, ਕਦੇ ਇਹਦੀ ਕੰਟਰੋਵਰਸੀ ਹੋ ਗਈ, ਕਦੇ ਇਹਨੇ ਮਾਫੀ ਮੰਗ ਲਈ, ਉਹ ਤੋਂ ਮਾਫੀ ਮੰਗਾ ਲਈ, ਇਹ ਨੋਰਮਲ ਜਿਹੀ ਚੀਜ਼ਾਂ ਇੰਟਰਨੈਟ ਦੇ ਉੱਪਰ, ਇੱਜ਼ਤ ਸਾਰਿਆਂ ਨੂੰ ਪਿਆਰੀ ਹੁੰਦੀ ਆ। ਪਰ ਜਿਹੜੇ ਬਾਬਾ ਜੀ ਨਾਲ ਬੈਠੇ ਆ, ਮੈਨੂੰ ਇਹਨਾਂ ਦੀ ਸਮਝ ਨਹੀਂ ਆਉਂਦੀ, ਇਹ ਬੰਦੇ ਦਾ ਬੈਕਗਰਾਊਂਡ ਨਹੀਂ ਚੈੱਕ ਕਰਦੇ ਹੁੰਦੇ? ਕਿਸੇ ਨੇ ਵੀ ਆ ਕੇ ਕਹਿਤਾ ਕਿ ਹਾਂ ਇਹਨੇ ਮੈਨੂੰ ਮਾੜਾ ਬੋਲਿਆ, ਬਾਬਾ ਜੀ ਨੇ ਮਾੜੀ ਵੀ ਬੈਕਗਰਾਊਂਡ ਨਹੀਂ ਚੈੱਕ ਕੀਤੀ ਵੀ ਇਹ ਕੁੜੀ ਵਾਕਈ ਮਾੜੀ ਹੈਗੀ ਹੈ ਜਾਂ ਨਹੀਂ ਹੈਗੀ? ਮੈਂ ਇਹ ਨਹੀਂ ਕਹਿੰਦੀ ਕਿ ਇਹ ਬਹੁਤ ਮਾੜੀ ਆ, ਗਲਤ ਕੰਮ ਕਰਦੀ ਆ, ਪਰ ਫਿਰ ਵੀ ਥੋੜ੍ਹਾ ਜਿਹਾ ਇਹਦੀ ਪ੍ਰੋਫਾਈਲ ਤਾਂ ਦੇਖੋ। ਜਦੋਂ ਪ੍ਰਨੀਤ ਸੰਧੂ ਨੇ ਆ ਕੇ ਨਾ ਕਰਨ ਦੱਤਾ ਦੇ ਪੋਡਕਾਸਟ ਵਿੱਚ ਆਹ ਲਿਸਟ ਵਾਲੀ ਗੱਲ ਕੀਤੀ ਸੀਗੀ, ਕਸਮ ਲੱਗੇ ਮੈਨੂੰ ਜਮਾਂ ਵੀ ਹੈਰਾਨੀ ਨਹੀਂ ਹੋਈ ਹੈਗੀ। ਮੈਨੂੰ ਲੱਗਦਾ ਬਹੁਤੇ ਲੋਕਾਂ ਨੂੰ ਹੈਰਾਨੀ ਨਹੀਂ ਹੋਈ ਹੋਣੀ, ਬਿਲਕੁਲ ਨਹੀਂ ਇੱਦਾਂ ਲੱਗਾ, ਹਾਏ ਹਾਏ ਆਹ ਕੁੜੀ ਬਾਰੇ ਗੱਲ ਕੀਤੀ, ਇਹ ਤਾਂ ਬਹੁਤ ਚੰਗੀ ਸੀਗੀ, ਅਸੀਂ ਇਹਨੂੰ ਚੰਗਾ ਸਮਝਦੇ ਸੀ, ਇੱਦਾਂ ਕਿਸੇ ਨੂੰ ਫੀਲ ਹੋਇਆ? ਕਿਸੇ ਨੂੰ ਵੀ ਨਹੀਂ ਹੋਇਆ। ਇਹਦਾ ਉੱਦਾਂ ਵੀ ਪਤਾ ਕਿੱਦਾਂ ਆ, ਜਿੱਦਾਂ ਇਹਨੇ ਪਿੱਛੇ ਜਿਹਾ ਇੱਕ ਮੁੰਡੇ ਤੋਂ ਮਾਫੀ ਮੰਗਾਈ ਸੀਗੀ, ਇਹਨੂੰ ਗਾਲ ਕੱਢ ਦਿੱਤੀ ਸੀ, ਪਤਾ ਨਹੀਂ ਕਮੈਂਟਾਂ ਦੇ ਵਿੱਚ ਕੁਛ ਇੱਦਾਂ ਦਾ ਚੱਕਰ ਸੀਗਾ, ਇਹ ਉਹਦੇ 'ਤੇ ਚੱਲ ਗਈ ਸੀ ਪੈਂਡ, ਉੱਥੇ ਜਾ ਕੇ ਉੱਥੋਂ ਮਾਫੀ ਮੰਗਾਈ, ਸਾਰਾ ਕੁਛ ਉਹ ਮੈਨੂੰ ਪੱਕਾ ਪਤਾ ਆ ਵੀ ਜਿੱਦਾਂ ਨਾ ਪਲੈਨ ਸੀਗਾ, ਉਹ ਸੱਚੀ ਨੇ ਕੋਈ ਬੰਦਾ ਲੱਭਿਆ ਇਹਨੇ, ਕਿਉਂਕਿ ਇੱਦਾਂ ਕਿ ਉਹ ਬੰਦਾ ਲੱਭਣਾ ਖੇਲ ਪਈ ਹੁੰਦੀ ਹੈ, ਇੰਨੇ ਕ੍ਰਾਈਮ ਹੁੰਦੇ ਪਏ ਆ, ਪੁਲਿਸ ਵਾਲਿਆਂ ਤੋਂ ਤਾਂ ਬੰਦਾ ਲੱਭਿਆ ਨਹੀਂ ਜਾਂਦਾ, ਨੰਬਰ ਤੋਂ ਟਰੇਸ ਨਹੀਂ ਹੁੰਦਾ ਹੈਗਾ, ਇਹਨੇ ਕਿੱਥੇ ਟਰੇਸ ਕਰ ਲਿਆ? ਅਤੇ ਉਹ ਤੋਂ ਬਾਅਦ ਹੋਣਾ ਬਾਬਾ ਜੀ ਨੂੰ ਲੈ ਕੇ ਆਈ ਆ ਕਰਨ ਦਿੱਤੇ ਦੇ ਕੋਲ ਮਾਫੀ ਮੰਗਵਾਉਣ। ਇਹ ਸਾਰਾ ਕੁਛ ਇਹ ਇਸ ਲਈ ਕਰਦੀ, ਇੱਦਾਂ ਦਿਖਾਉਣਾ ਚਾਹੁੰਦੀ ਹੈ ਕਿ ਵੀ ਮੈਂ ਬਹੁਤ ਇੱਦਾਂ ਹੈ ਨਾ ਜ਼ੋਰਤ ਵਾਲੀ ਹਾਂ, ਜਾਂ ਮੇਰੇ ਬਹੁਤ ਲਿੰਕ ਆ, ਵੀ ਮੈਂ ਬਹੁਤ ਬਦਮਾਸ਼ ਟਾਈਪ ਆ ਨਾ, ਵੀ ਮੈਨੂੰ ਕੋਈ ਕੁਛ ਕਹੂਗਾ ਮੈਂ ਨਾਲੇ ਜਾ ਕੇ ਧੋਣ ਤੋਂ ਫੜ ਲੈਣਾ ਬੰਦਾ, ਇਹ ਇੱਦਾਂ ਦੀ ਇਮੇਜ ਬਣਾਉਣਾ ਚਾਹੁੰਦੀ ਆ, ਜਾਂ ਇੱਦਾਂ ਦੱਸਣਾ ਚਾਹੁੰਦੀ ਕਿ ਮੈਂ ਬਹੁਤ ਇੱਜ਼ਤ ਵਾਲੀ ਹਾਂ ਨਾ, ਵੀ ਮੈਂ ਗੱਲ ਨਹੀਂ ਸੁਣ ਸਕਦੀ ਆਪਣੇ ਖਿਲਾਫ ਕੋਈ, ਇੱਦਾਂ ਦੀ ਸ਼ੋਅ ਕਰਨਾ ਚਾਹੁੰਦੀ ਆਪਣੀ ਇਮੇਜ, ਪਰ ਇੱਦਾਂ ਅਸਲ ਦੇ ਵਿੱਚ ਨਹੀਂ ਹੁੰਦਾ, ਲੋਕਾਂ ਨੂੰ ਪਤਾ ਲੱਗ ਜਾਂਦਾ ਤੁਸੀਂ ਕਿੰਨੀ ਕੁ ਇੱਜ਼ਤ ਵਾਲੇ ਆ, ਜਾਂ ਕਿੱਦਾਂ ਦਾ ਤੁਹਾਡਾ ਕਰੈਕਟਰ ਆ, ਹੈ ਨਾ, ਇਹ ਦੱਸਣ ਦੀ ਲੋੜ ਨਹੀਂ ਹੈਗੀ, ਚੀਖ ਚੀਖ ਕੇ ਲੋਕ ਸਮਝ ਜਾਂਦੇ ਤੁਹਾਡੇ ਲੱਛਣ ਦੇਖ ਕੇ। ਯਾਰ ਜਿਹੜੀ ਪ੍ਰਨੀਤ ਹੈ ਨਾ, ਉਹਦੀ ਵੀ ਚਲੋ ਗਲਤੀ ਆ, ਉਹਨੇ ਏਡਾ ਵੱਡਾ ਇਲਜ਼ਾਮ ਲਾਇਆ ਆ ਕੇ ਇਹਨਾਂ ਦਾ, ਜੇ ਉਹਨੇ ਲਾਈ ਦਿੱਤਾ ਠੀਕ ਹੈ ਤੂੰ ਮਾਫੀ ਮੰਗਾਉਣੀ ਆ, ਤੂੰ ਕਰਨ ਦਿੱਤੇ ਨੂੰ ਉੱਦਾਂ ਕਹਿ ਲਾਈਵ ਹੋ ਕੇ ਕਹਿ ਉਹਨੂੰ ਮੈਲ, ਉਹਦੇ ਵਿੱਚ ਹੋਰ ਬੰਦੇ ਪਾ, ਹੈ ਨਾ, ਤੁਸੀਂ ਆਪਣਾ ਲਾਈਵ ਹੋ ਕੇ ਤੁਸੀਂ ਮਾਫੀ ਮੰਗ ਲਓ। ਪਰ ਜਦੋਂ ਵਿੱਚ ਬਾਬਾ ਜੀ ਦੀ ਐਂਟਰੀ ਹੋਈ, ਮੈਨੂੰ ਬੜਾ ਅਟਪਟਾ ਲੱਗਾ, ਬਾਬਾ ਜੀ ਨੂੰ ਸ਼ਾਇਦ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ, ਕਿਉਂਕਿ ਇਹ ਜਿਹੜਾ ਕੰਮ ਆ ਨਾ ਇਹਨਾਂ ਦਾ, ਇਹ ਤਾਂ ਹੈ ਹੀ ਇੱਕ ਨੰਬਰ ਦੇ ਕਮਲੇ ਆ, ਬਾਬਾ ਜੀ ਕੋਲ ਹੋਰ ਵੀ ਬਥੇਰੇ ਮੁੱਦੇ ਹੋਣੇ ਚਾਹੀਦੇ ਆ ਨਾ, ਉਹਨਾਂ ਨੂੰ ਹੋਰ ਵੀ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਆ। ਹਰਮਨ ਚੀਮੇ ਤੋਂ ਹੈ ਨਾ, ਚਲੋ ਮੈਨੂੰ ਮਾੜਾ ਨਹੀਂ ਕਹਿੰਦੀ, ਠੀਕ ਆ ਜੋ ਆਪਣਾ ਕਰਦਾ ਵਧੀਆ ਆ, ਹਰਮਨ ਚੀਮੇ ਤੋਂ ਇਹਨੇ ਮੰਗ ਕੇ ਗਾਣਾ ਲਿਆ, ਰਿਕੁਐਸਟਾਂ ਕਰ ਕਰਕੇ ਨਾ ਕਿ ਮੈਨੂੰ ਮਾਡਲ ਲਓ, ਮੈਨੂੰ ਮਾਡਲ ਲਓ। ਉਹ ਤੋਂ ਬਾਅਦ ਜਦੋਂ ਇਹਨੂੰ ਗਾਣਾ ਮਿਲ ਗਿਆ, ਮਾਡਲਿੰਗ ਇਹਨੇ ਕਰ ਲਈ ਗਾਣੇ ਦੇ ਵਿੱਚ, ਗਾਣਾ ਵਧੀਆ ਚੱਲਿਆ, ਹਰਮਨ ਚੀਮੇ ਦਾ ਨਾਂ ਹੋ ਗਿਆ ਸੀਗਾ, ਇਹਦਾ ਵੀ ਮਾੜਾ ਮੋਟਾ ਹੋਇਆ, ਅਤੇ ਉਹ ਤੋਂ ਬਾਅਦ ਇਹ ਹਰਮਨ ਚੀਮੇ ਨੂੰ ਇੱਦਾਂ ਰਿਪਲਾਈ ਕਰਦੀ ਸੀ। ਚੀਮਾ ਸਿੰਗਰ, ਚਲੋ ਮੰਨਿਆ ਕਿ ਸਿੰਗਰ ਨਹੀਂ ਹੈ, ਪਰ ਕਾਮੇਡੀ ਵਧੀਆ ਕਰਦੇ ਨੇ, ਉਹ ਬਹੁਤ ਵਧੀਆ ਗਾਉਂਦੇ ਨੇ, ਮੇਰੇ ਦਿਲ ਦੇ ਕਰੀਬ ਨੇ ਬਹੁਤ ਜ਼ਿਆਦਾ, ਅਤੇ ਬਹੁਤ ਮੈਂ ਉਹਨਾਂ ਲਾਈਕ ਵੀ ਕਰਦੀ ਹਾਂ। ਕਿ ਚੀਮੇ ਨੇ ਤੁਹਾਨੂੰ ਮੌਕਾ ਦਿੱਤਾ, ਮੌਕੇ ਦੀ ਰਹੀ ਗੱਲ, ਮੈਨੂੰ ਕਿਸੇ ਨੇ ਮੌਕਾ ਨਹੀਂ ਦਿੱਤਾ, ਨਾ ਮੈਂ ਕਿਸੇ ਤੋਂ ਮੌਕਾ ਲਿਆ। ਚੀਮਾ ਜੀ ਰਿਕੁਐਸਟ ਕਰਦੀ ਹਾਂ ਕਿ ਉਹ ਆਪਣਾ ਨਿਊ ਟਰੈਕ ਸਿੰਗਲ ਟਰੈਕ ਬਣਾਵੇ, ਅਤੇ ਉਹਨਾਂ ਦੇ ਸੌਂਗ ਵਿੱਚ ਮੈਂ ਲੀਡ ਅਤੇ ਮਾਡਲਿੰਗ ਕਰਾਂ, ਅਤੇ ਆ ਸੁਨੇਹਾ ਚੀਮਾ ਬਾਈ ਜੀ ਨੂੰ ਪਲੀਜ਼ ਬਚਾ ਦਿਓ, ਕਿਉਂਕਿ ਮੈਂ ਉਹਨਾਂ ਦੀ ਬਹੁਤ ਵੱਡੀ ਫੈਨ ਹਾਂ। ਕਦੇ ਵੀ ਇਹ ਸੋਚੋ ਨਾ ਕਿ ਮੈਨੂੰ ਮੌਕਾ ਦਿੱਤਾ ਹੈ ਕਿ ਅਸੀਂ ਉਹਨੂੰ ਮੌਕਾ ਦਿੱਤਾ। ਹਾਂ ਮੰਨਿਆ ਕਿ ਉਹਦੇ ਗਾਣੇ 'ਚ ਮਾਡਲਿੰਗ ਕੀਤੀ ਹੈ, ਉਹਨਾਂ ਦਾ ਹਿੱਟ ਹੋਏ ਮੈਂ ਫੁੱਲ, ਤਾਂ ਮੈਂ ਵੀ ਹਿੱਟ ਹੋਣਾ ਚਾਹੁੰਦੀ ਉਹਨਾਂ ਨਾਲ। ਜੀ ਤੁਹਾਨੂੰ ਗੱਲ ਦੱਸਾਂ ਨਾ, ਮੈਂ ਫੇਮਸ ਹੋਣਾ ਚਾਹੁੰਦੀ ਹਾਂ, ਉਹਨਾਂ ਦਾ ਹਿੱਟ ਹੋਏ ਮੈਂ ਫੁੱਲ, ਤਾਂ ਮੈਂ ਵੀ ਹਿੱਟ ਹੋਣਾ ਚਾਹੁੰਦੀ ਉਹਨਾਂ ਨਾਲ। ਜਿੱਥੇ ਗੱਲ ਰਹੀ ਮੈਨੂੰ ਕੋਈ ਜਾਣਨ ਦੀ, ਨਹੀਂ ਜਾਣਨ ਦੀ, ਨਾ ਮੈਨੂੰ ਕੋਈ ਜਾਣਦਾ ਸੀ। ਹਿਪੋਕ੍ਰੇਸੀ ਕੀ ਵੀ ਸੀਮਾ ਹੋਤੀ ਹੈ। ਇਹ ਤਾਂ ਹੈ ਹੀ ਨਾ, ਸ਼ੁਕਰੀਆ ਅਹਿਸਾਨ ਫਰਾਮੋਸ਼, ਦੇਖਿਆ ਨਹੀਂ ਕਿੱਦਾਂ ਪਹਿਲਾਂ ਮਿਹਨਤਾਂ ਕਰਦੀ ਸੀ, ਬਾਅਦ ਵਿੱਚ ਬਦਲ ਗਈ। ਉਹ ਤੋਂ ਬਾਅਦ ਅੱਜ ਕੱਲ੍ਹ ਬਹੁਤ ਦਮਾਲਾ ਬੰਨ੍ਹ ਕੇ ਗੁਰਦੁਆਰਿਆਂ ਦੀ ਯਾਤਰਾ ਕਰਦੀ।
ਮਤਲਬ ਆਪੇ ਇਹਨੇ ਘਰੇ ਵੇਟ ਘੱਟ ਕਰ ਲਿਆ। ਚਲੋ ਠੀਕ ਆ, ਵਧੀਆ ਗੱਲ ਆ। ਲੋਕ ਇਹਨਾਂ ਨੂੰ ਕਮੈਂਟਾਂ 'ਚ ਪੁੱਛਦੇ ਵੀ ਸੀਗੇ ਕਿ ਤੁਸੀਂ ਕਿੱਦਾਂ ਵੇਟ ਘੱਟ ਕੀਤਾ, ਸਾਨੂੰ ਵੀ ਦੱਸੋ। ਪਰ ਅਗਲੇ ਦਿਨ ਇਹਨਾਂ ਦਾ ਵਲੌਗ ਆਇਆ। ਮਨ ਦੀ ਅੱਜ ਹੋ ਗਈ ਸਿਹਤ ਬਹੁਤ ਜ਼ਿਆਦਾ ਖਰਾਬ, ਵੇਟ ਘੱਟ ਕਰਨ ਦੇ ਚੱਕਰ 'ਚ ਆਹ ਕੀ ਹੋ ਗਿਆ। ਸਿਹਤ ਦੇ ਸਪੈਲਿੰਗ ਗਲਤ ਲਿਖੇ ਆ, ਸਿਹਤ ਲਿਖਿਆ ਆ, ਸਿਹਤ ਥੋੜ੍ਹੀ ਹੁੰਦਾ ਆ, ਸਿਹਤ ਹੁੰਦਾ ਆ। ਅਤੇ ਨਾਲੇ ਤੁਹਾਨੂੰ ਪਹਿਲਾਂ ਨਹੀਂ ਪਤਾ ਹੁੰਦਾ, ਤੁਸੀਂ ਹਜੇ ਲੋਕਾਂ ਨੂੰ ਦੱਸਦੇ ਸੀਗੇ ਕਿ ਵੇਟ ਘੱਟ ਕਿੱਦਾਂ ਕਰਨਾ ਆ, ਆਪ ਤੁਹਾਨੂੰ ਪਤਾ ਨਹੀਂ ਹੈਗਾ, ਆਪਣੀ ਤੁਸੀਂ ਸਿਹਤ ਖਰਾਬ ਕੀਤੀ ਆ। ਮਾਰਨਾ ਆ ਤੁਸੀਂ ਲੋਕਾਂ ਨੂੰ, ਤੁਹਾਡੇ ਕੋਲ ਕੋਈ ਸਰਟੀਫਿਕੇਟ ਨਹੀਂ ਹੈਗਾ, ਤੁਹਾਡੇ ਕੋਲ ਕੋਈ ਐਕਸਪੀਰੀਅੰਸ ਨਹੀਂ ਹੈਗਾ। ਉੱਦਾਂ ਦੇ ਲੋਕ ਯਾਰ ਇੱਦਾਂ ਦੇ ਬੰਦੇ ਨੂੰ ਪੁੱਛਣ ਲਾਈਏ ਨੇ ਜਿਹਨਾਂ ਕੋਲ ਕੋਈ ਤਜਰਬਾ ਨਹੀਂ ਹੈਗਾ। ਚਲੋ ਛੱਡੋ ਇਹਨਾਂ ਨੂੰ ਵੀ, ਹੁਣ ਆਪਾਂ ਗੱਲ ਕਰਦੇ ਹਾਂ ਦੀਪ ਮਠਾੜੂ ਦੀ, ਜਿਹੜੇ ਅਮਰਦੇਵ ਗਾਂਧੀ ਰਿਸੈਪਸ਼ਨ ਤੇ ਪਹੁੰਚੇ ਉਹ ਆ ਫੈਮਿਲੀ ਸਮੇਤ। ਇੱਥੇ ਫਸਟ ਕਲਾਸ, ਮੈਂ ਕਹਿੰਦਾ ਪੂਰੇ ਘੈਂਟ ਦਿਨ ਲੰਘੇ ਆ ਤੇ ਹੁਣ ਚੱਲੇ ਆ ਆਪਾਂ। ਐ ਲੱਗਣਾ ਨਾ ਜਿੱਦਾਂ ਪਤਾ ਨੀ ਟੁਕੜਾ ਕੋਈ ਦਿਲ ਦਾ ਨਾ ਦੂਰੋਂ ਚੱਲਿਆ ਲੱਗਣ ਡਿਆ ਨਾ ਇੱਦਾਂ। ਅਸਲ ਚ ਮੇਰਾ ਮਨ ਆਪਣਾ ਹੀ ਕਰਨ ਡਿਆ, ਇਕੱਲੀ ਨੂੰ ਛੱਡ ਕੇ ਚੱਲਿਆ। ਮੈਨੂੰ ਫੀਲ ਜਿਹਾ ਆਇਆ ਚੀਜ਼, ਮੈਂ ਵੀ ਚੱਲੇ ਇਹਨੂੰ ਇਕੱਲੀ ਨੂੰ ਛੱਡ ਕੇ। ਤੂੰ ਚੀਜ਼ ਬੜੀ ਮਸਤ ਮਸਤ ਹੈ, ਪੂਰੀ ਐਕਟਿੰਗ ਕਰ ਲੈਂਦੀ ਤੈਨੂੰ, ਸ਼ਾਬਾਸ਼, ਸ਼ਰਮ ਨਹੀਂ ਆ ਰਹੀ ਤੈਨੂੰ ਬੇਟਾ? ਸਹੀ ਗੱਲ ਆ ਬਾਸੀ ਅੰਕਲ, ਇਹਨਾਂ ਨੂੰ ਜਮਾਂ ਹੀ ਸ਼ਰਮ ਨਹੀਂ ਆਉਂਦੀ ਹੈਗੀ। ਜੇ ਤੁਸੀਂ ਇੰਨੀ ਐਕਟਿੰਗ ਕਰਦੇ ਹਾਂ, ਤੁਸੀਂ ਉਹਨੂੰ ਆਪਣੇ ਘਰੇ ਲੈ ਜਾਓ, ਐਡਾ ਤੁਹਾਡੇ ਦਿਲ ਦਾ ਟੁਕੜਾ ਆ, ਰਲ ਮਿਲ ਕੇ ਵਲੌਗ ਬਣਾਈ ਆ, ਉਹਨੂੰ ਵੀ ਦੇਈ ਆਇਓ ਵਿੱਚੋਂ ਹਿੱਸਾ। ਬੰਦ ਕਰ ਦਿਓ, ਨੱਪ ਦੋ ਬਟਨ ਜਿਹਾ, ਬਸ ਠੀਕ ਹੈ। ਚਲੋ ਠੀਕ ਆ, ਬਾਏ ਕੀਤੀ ਨਹੀਂ ਤੂੰ, ਭੁਈ ਨੂੰ ਨਹੀਂ ਕੀਤੀ ਬਾਏ? ਯਾਰ ਕੀ ਕਿੱਥੇ ਆਈ ਆਈ ਦਾ ਕੀ ਮਤਲਬ ਯਾਰ, ਉਹਨੂੰ ਪ੍ਰੋਪਰ ਕਹੋ ਨਾ ਵੀ ਜਦੋਂ ਛੁੱਟੀਆਂ ਹੋਈਆਂ ਤੈਨੂੰ ਕੰਮ ਤੋਂ, ਜਾਂ ਤੇਰੇ ਕੋਲ ਟਾਈਮ ਹੋਇਆ ਨਾ, ਜ਼ਰੂਰ ਗੇੜਾ ਮਾਰੀ ਸਾਡੇ ਵੱਲ ਵੀ ਸਾਡੇ ਘਰ ਆਈ ਹੈ ਨਾ, ਵੀ ਘੁੰਮਾਂਗੇ ਫਿਰਾਂਗੇ, ਉੱਥੇ 4 ਦਿਨ ਰਹੀ ਸਾਡੇ ਕੋਲ, ਪ੍ਰੋਪਰ ਗੱਲ ਕਰਿਆ ਕਰੋ। ਆਈ ਉਹ ਕੀ ਮਤਲਬ ਆਈ? ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ। ਅਤੇ ਹੁਣ ਆਪਾਂ ਚੱਲੇ ਹਾਂ ਨਵੀਂ ਲੋਕੇਸ਼ਨ 'ਤੇ, ਜਿਵੇਂ ਕਿ ਆਪਾਂ ਚੱਲੇ ਹਾਂ ਜਿੱਥੋਂ ਸੰਦੀਪ ਰੈਡੀ ਨੇ ਹੋਏ ਸੀਗੇ, ਮੇਕਅਪ ਕਰਵਾਇਆ ਸੰਦੀਪ ਨੇ, ਅਤੇ ਆਪਾਂ ਉਸ ਲੋਕੇਸ਼ਨ 'ਤੇ ਚੱਲੇ ਹਾਂ। ਯਾਰ ਕਈ ਵਾਰੀ ਬੰਦੇ ਦੀ ਮਜਬੂਰੀ ਹੁੰਦੀ ਆ ਨਾ, ਕਦੀ ਕਿਸੇ ਨੂੰ ਰਹਿਣਾ ਪੈ ਜਾਵੇ, ਘਰੋਂ ਦੂਰ ਹੋਵੇ ਬੰਦਾ ਨਾ, ਮਾੜੀ ਮੋਟੀ ਜਾਣ ਪਛਾਣ ਲੱਭ ਕੇ ਰਹਿ ਪੈਂਦਾ ਕਿਸੇ ਦੇ ਘਰੇ। ਪਰ ਯਾਰ ਆਹ ਕਿੱਦਾਂ ਸਾਰੀ ਫੈਮਿਲੀ ਕਿਸੇ ਦੇ ਘਰੇ ਰਹਿਣ ਚਲ ਜਾਂਦੀ ਆ ਨਾ, ਉਹ ਵੀ ਮਾੜੀ ਮੋਟੀ ਜਾਣ ਪਛਾਣ 'ਤੇ, ਮੇਕਅਪ ਆਰਟਿਸਟ ਦੇ ਘਰੇ ਰਹਿਣ ਚਲ ਗਏ ਆ, ਪਹਿਲਾਂ ਉਹ ਕੁੜੀ ਦੇ ਘਰੇ ਗਏ ਆ। ਯਾਰ ਤੁਹਾਨੂੰ ਇੱਦਾਂ ਹੋਰ ਤਰ੍ਹਾਂ ਅਜੀਬ ਨਹੀਂ ਲੱਗਦਾ ਹੈਗਾ, ਹਾਏ ਕਿੱਦਾਂ ਜਾਵਾਂਗੇ ਅਗਲਾ, ਇੱਦਾਂ ਬੋਝ ਜਿਹਾ ਨਾ ਲੱਗੀ ਅਗਲੇ 'ਤੇ, ਹੈ ਨਾ, ਅਗਲੇ ਨੂੰ ਜਾ ਕੇ ਵਕਤ ਪਾਵਾਂਗੇ, ਕਿਸੇ ਦੇ ਘਰੇ ਰਾਤ ਰਹਿਣੀ, ਇੱਦਾਂ ਵੀ ਤੁਹਾਡੀ ਜਾਣ ਪਛਾਣ ਵੀ ਇੰਨੀ ਹੈ ਨਹੀਂ, ਕੋਈ ਰਿਸ਼ਤੇਦਾਰੀ ਵੀ ਹੈ ਨਹੀਂ ਗੀ, ਇੱਕ ਦੋ ਵਾਰ ਤੁਸੀਂ ਮਿਲੇ ਹੁੰਦੇ ਅਗਲੇ ਨੂੰ। ਦੱਸੋ ਅਜੀਬ ਹੀ ਬੰਦੇ ਆ ਨਾ ਇਹ। ਜੇ ਤੁਹਾਡੇ ਨਾਲ ਕਦੇ ਇੱਦਾਂ ਹੋ ਗਿਆ, ਚਲੋ ਕੁੜੀ ਨੂੰ ਮੈਂ ਗਲਤ ਨਹੀਂ ਕਹਿੰਦੀ, ਦੋਨਾਂ ਕੁੜੀਆਂ ਨੂੰ ਨਹੀਂ ਮੈਂ ਗਲਤ ਕਹਿੰਦੀ ਹੈਗੀ, ਉਹ ਤਾਂ ਚੱਲ ਵਧੀਆ ਸੀਗਾ ਤੁਹਾਡੇ ਨਾਲ, ਠੀਕ ਆ। ਅਤੇ ਪਰ ਜੇ ਤੁਹਾਨੂੰ ਕਦੇ ਇੱਦਾਂ ਹੋਇਆ ਜ਼ਿੰਦਗੀ ਦੇ ਵਿੱਚ ਕਿ ਤੁਸੀਂ ਕਿਤੇ ਗਏ ਆ, ਅਗਲੇ ਨੇ ਰਾਤ ਨੂੰ 4 ਬੰਦੇ ਹੋਰ ਸੱਦ ਕੇ ਤੁਹਾਡੇ ਕੋਲੋਂ ਪੈਸੇ ਪੂਸੇ ਖੋ ਲਏ, ਨਾਲੇ ਹੋਰ ਪੈਸੇ ਕਿਹਾ ਵੀ ਘਰੋਂ ਵੀ ਲਿਆ ਕੇ ਦਿਓ ਇੱਕ ਬੰਦਾ ਨੱਠ ਕੇ ਜਾ ਕੇ, ਫਿਰ ਕੀ ਕਰੋਂਗੇ ਯਾਰ, ਇੱਦਾਂ ਬਿਨਾਂ ਜਾਣ ਪਛਾਣ ਤੋਂ ਤੁਸੀਂ ਕਿਤੇ ਵੀ ਚਲੇ ਜਾਂਦੇ ਆ। ਉੱਪਰੋਂ ਤੁਸੀਂ ਸੈਲੀਬ੍ਰਿਟੀਆਂ ਆ, ਤੁਸੀਂ ਕਿਹੜਾ ਆਮ ਬੰਦੇ ਆ, ਲੋਕਾਂ ਨੂੰ ਪਤਾ ਤੁਹਾਡੇ ਕੋਲ 4 ਪੈਸੇ ਵੀ ਹੈਗੇ ਆ ਨਾ। ਉਹ ਦੀਦੀ ਕਹਿੰਦੇ ਤੁਸੀਂ ਸਾਡੇ ਕੋਲ ਰੋਜ਼ ਨਾਲੇ ਸਵੇਰੇ ਕੱਲ੍ਹ ਮੋਰਨਿੰਗ ਜਲਦੀ ਮੇਕਅਪ ਹੋ ਜਾਏਗਾ, ਅਤੇ ਫਿਰ ਆਪਾਂ ਟਾਈਮ ਦੇ ਨਾਲ ਬਰਾਤੇ ਜਾਣ ਵਾਲੇ ਬਣਾਂਗੇ, ਠੀਕ ਆ ਜੀ? ਕਿਉਂਕਿ ਬਰਾਤ ਬੜੀ ਦੂਰ ਜਾਣੀ ਹੈ, ਲੁਧਿਆਣੇ ਵਾਲੀ ਸਾਈਡ 'ਤੇ ਜਾਣੀ ਬਰਾਤ, ਅਤੇ ਆਪਾਂ ਹੁਣ ਚੱਲ ਪਏ ਹਾਂ ਇੱਥੋਂ, 9:30 ਹੋਏ ਆ ਰਾਤ ਦੇ, ਉਹ ਲੁਧਿਆਣੇ ਕਹਿਣ ਡਿਆ ਵਾ, ਉੱਧਰ ਬਠਿੰਡੇ, ਸੋਰੀ ਸੋਰੀ, ਹਾਂ ਬਠਿੰਡੇ ਵਾਲੀ ਸਾਈਡ, ਅਤੇ ਸੰਗਰੂਰ ਨਾ, ਸੰਗਰੂਰ ਉੱਧਰ ਹੀ ਆ, ਆ ਸੰਗਰੂਰ ਕਹਿਣ ਡਿਆ। 9:30 ਜਿੱਥੇ ਇਹਨਾਂ ਨੂੰ ਇੱਦਾਂ ਲੱਗਦਾ ਵੀ ਹਾਂ ਇੱਥੋਂ ਫਾਇਦਾ ਆ, ਇੱਥੋਂ ਵਿਊ ਆਉਣੇ ਆ, ਚਲੋ ਉੱਧਰ ਨੂੰ ਚੱਲੀਏ, ਸਾਡੇ ਪੈਸੇ ਵੀ ਬਚੂਗੇ ਹੋਟਲ ਦੇ, ਜਾਂ ਇੱਦਾਂ ਸਾਨੂੰ ਕਿਤੇ ਬਾਹਰ ਨਾ ਰਹਿਣਾ ਪਊਗਾ, ਆਰਾਮ ਨਾਲ ਅਸੀਂ ਰਵਾਂਗੇ ਰਾਤ ਅਗਲੇ ਦੇ ਘਰੇ। ਚਲੋ ਜੀ, ਹੋਰ ਵੀ ਮੈਂ ਬਲੌਗਰ ਦੇਖਿਆ ਕਿਤੇ ਘੁੰਮਣ ਜਾਂਦੇ ਪਹਿਲੀ ਅਨਾਊਂਸਮੈਂਟ ਕਰ ਦਿੰਦੇ ਆ, ਫਲਾਨੀ ਜਗ੍ਹਾ ਸਾਡਾ ਕੋਈ ਫੈਨ ਹੈਗਾ, ਕੋਈ ਸਬਸਕ੍ਰਾਈਬਰ ਹੈਗਾ, ਸਾਨੂੰ ਰੱਖ ਲਊਗਾ 2 ਰਾਤਾਂ ਘਰੇ ਆਪਣੇ। ਕਿੰਨੇ ਭੁੱਖੜ ਆ ਬਲੌਗਰ ਇਹ। ਇੱਧਰ ਆ ਰਹੀ ਆ ਮੰਮੀ ਰੈਡੀ, ਸੰਦੀਪ ਤੇ ਹੋ ਗਈ ਰੈਡੀ, ਇੱਧਰ ਮੰਮੀ ਹੋ ਰਹੀ ਆ ਜੀ, ਜੁੱਤੀ ਪਰ ਪਾਈ ਨਹੀਂ ਅਜੇ, ਅੰਦਰ ਮੰਮੀ ਨੂੰ ਦੀਦੀ ਰੈਡੀ ਕਰ ਰਹੇ ਨੇ, ਸੰਦੀਪ ਤੇ ਹੋ ਗਈ ਰੈਡੀ, ਜੁੱਤੀ ਨਹੀਂ ਪਾਉਣੀ, ਜੁੱਤੀ ਘੁੰਮ ਘੁਮਾ ਕੇ ਇੱਕੋ ਗੱਲ ਕਰੀ ਜਾਂਦਾ ਹੈ, ਮੰਮੀ ਹੋ ਗਿਆ ਰੈਡੀ, ਦੀਦੀ ਕਰ ਆਏ, ਮੰਮੀ ਨੂੰ ਤਿਆਰ, ਸੰਦੀਪ ਹੋ ਗਈ ਆ ਰੈਡੀ, ਪਰ ਜੁੱਤੀ ਨਹੀਂ ਪਾਈ ਹਜੇ। ਜੁੱਤੀ ਪਾਉਣ ਲਈ ਕੋਈ ਸਪੈਸ਼ਲ ਬੰਦਾ ਬੁਲਾ ਲਓ, ਆਪ ਥੋੜ੍ਹੀ ਪੈਣੀ ਜੁੱਤੀ। ਲੋਕਾਂ ਨੂੰ ਵਲੌਗ ਬਣਾ ਬਣਾ ਕੇ ਟਿਊਟੋਰੀਅਲ ਦੇ ਯੋਗੇ ਹੈ ਨਾ, ਵੀ ਮੇਕਅਪ ਇੱਦਾਂ ਕਰਿਆ ਕਰੋ, ਵਿਆਹ ਸ਼ਾਦੀਆਂ ਲਈ ਇੱਦਾਂ ਕਰੋ, ਘਰੇ ਮੇਕਅਪ ਇੱਦਾਂ ਕਰੋ, ਜਦੋਂ ਆਪਣੀ ਵਾਰੀ ਆਉਂਦੀ ਆ ਉਦੋਂ ਫਿਰ ਆਪੇ ਪਾਰਲਰ 'ਤੇ ਚਲ ਜਾਂਦੇ, ਜਾਂ ਸਲੂਨ 'ਚ ਚਲ ਜਾਂਦੇ ਆ, ਜਾਂ ਕਿਸੇ ਮੇਕਅਪ ਆਰਟਿਸਟ ਨੂੰ ਸੱਦ ਲੈਂਦੇ ਆ, ਆਪਣੀ ਵਾਰੀ ਕਿਉਂ ਨਹੀਂ ਕਰਦੇ? ਤੁਸੀਂ ਮੈਂ ਤਾਂ ਪਾ ਹੀ ਲੈਣੀ, ਉਹਨੂੰ ਤਿਆਰ ਕਰ ਦਿਓ, ਅਰਗਨ ਹੁਣ ਇਹਨਾਂ ਦਾ ਹੁਣ ਟਾਈਮ ਲੱਗਾ ਰੈਡੀ ਹੋਣ ਦਾ, ਸਵੇਰ ਦੇ ਕੀ ਕਰਦੇ?
ਸਵੇਰ ਦੇ ਉਹ ਤੁਹਾਡੀਆਂ ਫੁਟੇਜ ਲੈਂਦੇ ਪਏ ਸੀ ਆਪਣੀ ਮੰਮੀ ਦੀਆਂ ਅਤੇ ਘਰ ਵਾਲੀ ਦੀਆਂ ਤਿਆਰ ਹੁੰਦੀਆਂ ਦੀਆਂ, ਕਿਉਂਕਿ ਬੰਦਿਆਂ ਨੂੰ ਤਾਂ ਤਿਆਰ ਹੁੰਦਿਆਂ ਨੂੰ ਕੋਈ ਦੇਖਦਾ ਹੀ ਨਹੀਂ ਹੈਗਾ, ਜਨਾਨੀਆਂ ਨੂੰ ਦੇਖਦੇ ਲੋਕ ਤਿਆਰ ਹੁੰਦੀਆਂ ਨੂੰ, ਤਾਂ ਕਰਕੇ ਫਿਰ ਉਹ ਤੁਹਾਡੀਆਂ ਫੁਟੇਜ ਲੈਣ ਵਿੱਚ ਬਿਜ਼ੀ ਸੀਗਾ। ਸਮਾਨ ਸਾਰਾ ਰੱਖ ਲਿਆ ਕਿਉਂਕਿ ਉੱਥੋਂ ਹੀ ਮੁੜ ਕੇ ਆਪਾਂ ਵਾਪਸੀ ਬਟਾਲੇ ਨੂੰ ਕਰਨੀ ਹੈ ਨਾ, ਅਤੇ ਇਸ ਕਰਕੇ ਸਮਾਨ ਸਾਰਾ ਰੱਖ ਲਿਆ। ਹੁਣ ਇਕੱਲਾ ਇੱਧਰ ਲਿਖ ਲਓ, ਕਹੀਂ UPSC ਕੇ ਐਗਜ਼ਾਮ ਮੇਂ ਨਾ ਆ ਜਾਏ। ਯਾਰ ਕੁਛ ਵੀ ਬੋਲ ਤੋ ਵਲੌਗ ਦੇ ਵਿੱਚ, ਹਾਂ ਗੱਲ ਦੱਸਣੀ ਜ਼ਰੂਰੀ ਸੀਗੀ, ਸਾਨੂੰ ਕੀ ਮਤਲਬ ਆ ਸਾਡੇ ਵੱਲੋਂ, ਤੁਸੀਂ ਬਾਅਦ 'ਚੋਂ ਆਇਓ ਪਹਿਲਾਂ ਆਇਓ, ਸਮਾਨ ਸਾਰਾ ਰੱਖੋ ਨਾ ਰੱਖੋ, ਨਾਲੇ ਯਾਰ ਇੰਨਾ ਸਮਾਨ ਲੈ ਕੇ ਗਏ ਸੀਗੇ ਇਹ ਵਿਆਹ ਦੇ ਉੱਪਰ, ਇੰਨਾ ਸਮਾਨ ਲੈ ਕੇ ਤਾਂ ਅਸੀਂ ਬਾਹਰ ਵੀ ਨਹੀਂ ਸੀ ਆਏ ਜਿੰਨਾ ਸਮਾਨ ਲੈ ਕੇ ਵਿਆਹ ਦੇਖਣ ਚਲ ਗਏ। ਜੇ ਕਿਤੇ ਇਹਨਾਂ ਨੇ ਬਾਹਰ ਬੂਹਰ ਜਾਣਾ ਹੋਵੇ ਇੱਦਾਂ ਪੱਕੇ ਤੌਰ 'ਤੇ, ਫਿਰ ਕੀ ਕਰੂਗੇ ਇਹ, ਜਹਾਜ਼ ਇੱਕ ਵੱਖਰੇ ਬੁੱਕ ਕਰਨਾ ਪੈਣਾ ਇਹਨਾਂ ਲਈ ਮੈਨੂੰ ਲੱਗਦਾ। ਅਤੇ ਇੱਕ ਲਹਿੰਗਾ ਪਾ ਲਿਆ, ਸੰਦੀਪ ਨੇ ਇੱਕ ਰੱਖਿਆ ਹੋਇਆ ਆ। ਡੈਡੀ ਹੋ ਗਏ ਰੈਡੀ, ਕਿੱਦਾਂ ਏ ਮਣੀ ਗੱਲ? ਦੀਦ ਨੇ ਕਰ ਦਿੱਤਾ ਹਰਗੁਣ ਨੂੰ ਵੀ ਰੈਡੀ। ਵਾਹ, ਸਮਾਈਲ ਕਰ ਦਿਓ, ਕਿੱਦਾਂ ਕਰ ਦਿੰਦਾ ਹਰਗੁਣ? ਯਾਰ ਇੰਨੇ ਛੋਟੇ ਬੱਚੇ ਦੇ ਮੇਕਅਪ, ਇੱਦਾਂ ਮੇਕਅਪ ਨਹੀਂ ਕਰਨਾ ਚਾਹੀਦਾ ਛੋਟੇ ਬੱਚਿਆਂ ਦੇ, ਸਕਿਨ ਪਤਾ ਕਿੰਨੀ ਸੈਂਸਿਟਿਵ ਹੁੰਦੀ ਹੈ ਅਤੇ ਇਹ ਕਿੰਨੇ ਹਾਰਮਫੁੱਲ ਹੁੰਦੇ ਪ੍ਰੋਡਕਟ, ਉਹਨਾਂ ਦੇ ਰੈਸ਼ਿਸ ਵਗੈਰਾ ਹੋ ਜਾਂਦੀਆਂ ਨਿਆਣਿਆਂ ਦੇ, ਜਾਂ ਕੋਈ ਐਲਰਜੀ ਹੋ ਸਕਦੀ ਹੈ ਨਾ, ਇੱਦਾਂ ਨਹੀਂ ਕਰਨਾ ਚਾਹੀਦਾ। ਦੀਦੀ ਹੁਣੀ ਕਹਿੰਦੇ ਮੈਨੂੰ ਵੀ 32 ਸੈਕਟਰ ਪੈਂਦਾ ਲੁਧਿਆਣੇ 'ਚ, ਉੱਥੇ ਮੈਨੂੰ ਕਹਿੰਦੇ ਵੀ ਉਤਾਰ ਦਿਓ, ਕਿਉਂਕਿ ਦੀਦੀ ਹੋਣਾ ਤਾਂ ਉੱਥੇ ਮਤਲਬ ਸਲੂਨ ਆ, ਅਤੇ ਸਾਨੂੰ ਇੰਨੇ ਪਿਆਰ ਦੇ ਨਾਲ ਸਲੀਵ ਨੂੰ ਰੈਡੀ ਕੀਤਾ, ਕਹਿੰਦੇ ਵੀ ਸਲੂਨ 'ਤੇ ਰਸ਼ ਬਹੁਤ ਜ਼ਿਆਦਾ ਆ ਅਤੇ ਉੱਥੇ ਨਹੀਂ ਗੱਲ ਬਣਨੀ, ਤੁਸੀਂ ਘਰ ਤੁਹਾਨੂੰ ਮੈਂ ਵਧੀਆ ਰੈਡੀ ਕਰਦੇ ਹਾਂ, ਅਤੇ ਹੁਣ ਦੀਦੀ ਸਾਡੇ ਨਾਲ ਹੀ ਜਾਣਗੇ। ਮੰਮੀ ਚੱਕਰ ਲੁੱਕ ਤਾਂ, ਜੇ ਤੁਸੀਂ ਆਂਟੀ ਦੇ ਮੇਕਅਪ ਕਰਵਾਇਆ ਤੁਸੀਂ ਨੋਰਮਲ ਕਹੋ ਕਿ ਐਤਕੀ ਦੇਖੋ ਅਸੀਂ ਮੰਮੀ ਦੇ ਵੀ ਮੇਕਅਪ ਕਰਵਾਈ ਦਿੱਤਾ, ਬਸ ਮਾੜਾ ਜਿਹਾ ਦਿਖਾ ਤਾ ਓਕੇ ਆ ਨਾ, ਬਾਕੀ ਲੋਕਾਂ ਨੇ ਦੇਖੀ ਹੈ ਨਾ ਵਲੋਗਾਂ ਦੇ ਵਿੱਚ। ਹਾਂ ਸਪੈਸ਼ਲ ਕੀ ਚੈੱਕ ਕਰੋ ਗਾਈਜ਼, ਮੰਮੀ ਦੀ ਲੁੱਕ ਚੈੱਕ ਕਰੋ। ਯਾਰ ਪਾਗਲ ਆ ਤੁਸੀਂ, ਆਪਣੀਆਂ ਮੰਮੀਆਂ ਨੂੰ ਕੌਣ ਚੈੱਕ ਕਰਾਉਂਦਾ ਹੁੰਦਾ ਇੱਦਾਂ? ਡੈਡੀ ਲੈਣ ਵਾਸਤੇ ਗਏ ਆ ਸੇਬ, ਅਤੇ ਇੱਧਰ ਦੇ ਮੁੰਡਾ ਹੀ ਹਾਲ ਆ, ਕੰਮ ਖਰਾਬ ਹੋ ਗਿਆ ਬਸ, ਬੁਰੇ ਹਾਲ। ਐਡਾ ਲਹਿੰਗਾ ਪਾਇਆ, ਐਡਾ ਤਿਆਰ ਬਿਆਰ ਹੋ ਕੇ ਬੈਠੀ ਆ, ਆਪ ਹੀ ਯਾਰ ਘਬਰਾਹਟ ਹੋਣੀ ਆ, ਅਤੇ ਉਹ ਤੋਂ ਬਾਅਦ ਇਹਦਾ ਲਹਿੰਗਾ ਇੰਨਾ ਭਾਰਾ ਆ ਯਾਰ, ਇਹਨੇ ਕੀ ਵਿਆਹ ਵਾਲੀ ਕੁੜੀ ਨੂੰ ਕੰਪੀਟੀਸ਼ਨ ਦੇਣਾ ਆ? ਨੋਰਮਲ ਪਾ ਲਓ ਯਾਰ ਕੱਪੜੇ, ਇੱਕ ਤਾਂ ਬਹੁਤ ਰਿਵਾਜ਼ ਚੱਲਿਆ ਨਾ ਉਹਦਾ ਇੰਡੀਆ, ਹੁਣ ਹਰ ਵਿਆਹ ਦੇ ਉੱਪਰ ਕੁੜੀਆਂ ਹਰ ਕੋਈ ਲਹਿੰਗੇ ਪਾਈ ਫਿਰਦੀਆਂ। ਆਜੋ ਆਜੋ ਹੁਣ ਆਜੋ, ਆਉਂਦੇ ਨਹੀਂ ਬਾਹਰ। ਹੈਲੋ ਜੀ, ਸਤਿ ਸ਼੍ਰੀ ਅਕਾਲ, ਬਹੁਤ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਹੋ? ਇਹ ਉਹੀ ਹੈ ਨਾ ਗਾਈਜ਼ ਵੀਰੇ ਵਾਲੀ, ਤੇ ਉਹ ਪਿੱਛੇ ਕੋਣ ਤੇ ਘਰ ਵਾਲਾ ਆ ਯਾਰ, ਉਹ ਵਿਚਾਰਾ ਕਿੱਦਾਂ ਸੋਨੇ ਜਿਹਾ ਹੋਇਆ ਖੜਾ। ਠੀਕ ਹੋ? ਚਲੋ ਵਧੀਆ ਚਾਹੀਦਾ ਨਾ ਨਾ ਉਹ ਆਪਣਾ ਸਿਹਤ ਨੇ ਠੀਕ ਹੈ, ਵੋਮਟਿੰਗ ਹੋਣ ਡਈ ਯਾਰ। ਇਹ ਵੀ ਕਿੱਦਾਂ ਤਾਕੀ ਖੋਲ ਕੇ ਖੜ ਗਈ ਆ ਗੱਡੀ ਦੀ, ਅਗਲਾ ਨਿਕਲੂ ਗਏ ਬਾਹਰ, ਅਗਲੇ ਨੇ ਭਾਵਾਂ ਮੋਹਰੇ ਉਲਟੀ ਕੀਤੀ ਹੋਵੇ, ਫਿਰ ਤੂੰ ਕਹਿਣਾ ਦੇਖ ਲਾ ਮੇਰੇ ਕੱਪੜੇ ਖਰਾਬ ਕਰ ਦਿੱਤੇ ਆ। ਵੇਟ ਕਰ ਲਾ, ਐਡਾ ਉਹਨੇ ਲਹਿੰਗਾ ਪਾਇਆ, ਉਹ ਤੂੰ ਕਿਹੜਾ ਛੇਤੀ ਨਿਕਲ ਹੋ ਜਾਣਾ ਆ, ਨਿਕਲੂਗੀ ਹੌਲੀ ਹੌਲੀ। ਮੈਂ ਤਾਂ ਆਖਿਆ ਮੈਂ ਅਸੀਂ ਲੇਟ ਹੋ ਗਏ, ਪਰ ਟਾਈਮ ਨਾਲ ਪਹੁੰਚੇ ਹੈ। ਅੱਛਾ ਅੱਛਾ ਅੱਛਾ, ਸਹੀ ਦੇਖ ਲਾ ਹੈ ਨਾ ਕਿੱਦਾਂ, ਹਜੇ ਹੁਣ ਇਹ ਦੇਸੀ ਜਿਹੀ ਹੁੰਦੀ ਸੀ ਵਿਚਾਰੀ, ਚੁੰਨੀ ਜਿਹੀ ਲੈ ਕੇ ਘੁੰਮਦੀ ਹੁੰਦੀ ਸੀ ਸੈਰ 'ਤੇ, ਹੁਣ ਇਹ ਵੀ ਸਲੂਨ 'ਚ ਜਾਣ ਲੱਗ ਗਈ ਆ। ਮੈਂ ਆਪਣੀ ਜ਼ਿੰਦਗੀ 'ਚ ਨਹੀਂ ਕਦੇ ਸਲੂਨ 'ਚ ਪੈਰ ਰੱਖ ਕੇ ਦੇਖਿਆ, ਮੈਨੂੰ ਨਹੀਂ ਪਤਾ ਸਲੂਨ ਕਿੱਦਾਂ ਦੇ ਹੁੰਦੇ, ਉਹਦਾ ਮੈਨੂੰ ਵੀ ਹੈਗਾ ਆ, ਕਦੇ ਨਾ ਕਦੇ ਜ਼ਿੰਦਗੀ 'ਚ ਜਾ ਕੇ ਦੇਖੋ ਉੱਥੇ ਕਰਦੇ ਕੀ ਆ, ਪਰ ਦੇਖ ਲਾ ਨਾ ਲੋਕਾਂ ਨੇ ਕਿੱਦਾਂ ਕਿਸਮਤ ਹੀ ਬਦਲ ਦਿੱਤੀ ਇਹਦੀ ਵੀ। ਪੁੱਛੇ ਨਾ ਕਿਤੇ ਐਡੇ ਤੁਸੀਂ ਸਿੰਘ, ਨਕਲੀ ਸਿੰਘ ਆ ਤੁਸੀਂ, ਨਾਲੇ ਹਾਂ ਕੀ ਪੀਨਾ ਆ, ਮੈਨੂੰ ਲੱਗਾ ਉਜਾਲਾ ਘੋਲ ਆਇਆ ਪਾਣੀ ਦੇ ਵਿੱਚ। ਸੌਰੀ, ਬਲੂਬੈਰੀ। ਬਲੂਬੈਰੀ ਦਾ ਰੰਗ ਕਿਸੇ ਪਾਸਿਓਂ ਵੀ ਇੱਦਾਂ ਦਾ ਨਹੀਂ ਹੁੰਦਾ ਹੈਗਾ, ਚਾਹੇ ਉਹਨੂੰ ਤੁਸੀਂ ਪੀਸ ਲਓ, ਚਾਹੇ ਤੁਸੀਂ ਉਹਦਾ ਜੂਸ ਬਣਾ ਲਓ, ਜੋ ਮਰਜ਼ੀ ਕਰ ਲਓ, ਇੱਦਾਂ ਦਾ ਰੰਗ ਨਹੀਂ ਹੁੰਦਾ। ਇਹ ਕੋਈ ਨਕਲੀ ਡਰਿੰਕ ਆ, ਉਹਦੇ ਬਲੂਬੈਰੀ ਕਹਿਤਾ ਤੁਹਾਨੂੰ। ਉਹ ਵੇਖੋ ਕਿੱਡਾ ਘੈਂਟ ਚੀਜ਼ ਕੀਤੀ ਆ, ਉੱਪਰ ਫੋਟੋ ਲੱਗੀ ਹੋਈ ਆ ਅਮਰ ਦੀ ਅਤੇ ਦੀਦੀ ਦੀ, ਅਤੇ ਉਹ ਚੀਜ਼ ਉੱਪਰ ਉੱਪਰ ਜਾ ਰਹੀ ਆ। ਯਾਰ ਤੁਹਾਡੇ 'ਚੋਂ ਕਿਸੇ ਨੂੰ ਲੱਗਾ ਕਿ ਇਹ ਘੈਂਟ ਚੀਜ਼ ਆ? ਮੈਨੂੰ ਤਾਂ ਨਹੀਂ ਇੱਦਾਂ ਲੱਗਾ ਹੈਗਾ, ਜਿਹਨਾਂ ਕੋਲ 4 ਪੈਸੇ ਆ ਠੀਕ ਆ, ਉਹ ਭਾਵੇਂ ਹੈਲੀਕਾਪਟਰ 'ਤੇ ਫੋਟੋਆਂ ਬਣਵਾ ਲੈਣ, ਚਾਹੇ ਜਹਾਜ਼ਾਂ 'ਤੇ ਬਣਵਾ ਲੈਣ, ਹੁਣ ਇਹਨਾਂ ਵੱਲ ਦੇਖ ਕੇ ਨਾ ਕਈਆਂ ਨੂੰ ਉੱਦੇ ਪੰਗੇ ਲੈਣੇ ਆ, ਐਵੇਂ ਬਸ ਨਾ ਕਰਦੇ ਚਕਾ ਚਕਾ ਕੇ ਪੰਗੇ ਲੈਣੇ ਆ, ਵੀ ਇੱਦਾਂ ਹੈ ਨਾ ਸ਼ੋਸ਼ੇਬਾਜ਼ੀ ਕਰਨੀ ਆ, ਸ਼ੋਅ ਆਫ ਕਰਨਾ ਆ। ਠੀਕ ਆ ਕਿਸੇ ਦੇ ਗਏ ਤੁਸੀਂ ਵਧੀਆ ਲੱਗਦਾ ਆ, ਪਰ ਇਹਨਾਂ ਚੀਜ਼ਾਂ ਤੋਂ ਪਤਾ ਕੌਣ ਇੰਪ੍ਰੈਸ ਹੁੰਦਾ? ਦੀਪ ਮਠਾੜੂ ਵਰਗੇ ਬੰਦੇ, ਬਾਵੇ ਵਰਗੇ ਬੰਦੇ ਇੱਦਾਂ ਦੀ ਚੀਜ਼ਾਂ ਤੋਂ ਬਹੁਤ ਅਟਰੈਕਟ ਹੁੰਦੇ ਆ, ਫਿਰ ਇਹ ਕੋਸ਼ਿਸ਼ ਕਰਦੇ ਕਿ ਅਸੀਂ ਵੀ ਆਹ ਚੀਜ਼ਾਂ ਕਰੀਏ। ਜਿੱਦਾਂ ਹੁਣ ਬਾਬਾ ਫਿਰ ਏਜੰਸੀ ਪਹੁੰਚਿਆ ਹੈ ਨਾ ਇੱਕ ਹੋਰ ਮੋਟਰਸਾਈਕਲ ਲੈਣ, ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਇਹਨਾਂ ਨੂੰ ਏਜੰਸੀ 'ਚ ਐਂਟਰ ਕਿਹਨੇ ਕਰਨ ਦਿੱਤਾ, ਪਹਿਲੀ ਏਜੰਸੀ ਵਾਲੀ ਕਿਸੇ ਨੇ ਵੀਡੀਓ ਨਹੀਂ ਦੇਖੀ ਇਹਨਾਂ ਦੀ ਉੱਥੇ, ਇਹਨਾਂ ਨੂੰ ਐਂਟਰ ਹੀ ਨਹੀਂ ਕਰਨ ਦੇਣਾ ਚਾਹੀਦਾ ਸੀਗਾ। 50 ਤਾਂ ਚੜ੍ਹਤੀ ਉਹਨੇ, ਤਾਂ ਉੱਥੇ ਕਿਸੇ ਦੇ ਘਰੇ ਨਾ ਡਰੈਸ ਚੇਂਜ ਕਰ ਲਈ, ਉੱਥੇ ਆਪਣੇ ਸਬਸਕ੍ਰਾਈਬਰ ਹੈਗੇ ਸੀ ਅਤੇ ਉੱਧਰ ਹੀ ਡਰੈਸ ਚੇਂਜ ਕਰ ਲਈ, ਪਰ ਬੁਰਾ ਬੜਾ ਹਾਲ ਹੋਇਆ ਨਹੀਂ।
हाँ गल दसनी जरूरी सी नाले जे किसी घर ड्रैस चेंज की सी तो उन्होंने भी बेचारे की माड़ी मोटी फोटो पा देंगे वीडियो पा देंगे अगले नूं वधिया लगता पर चलो कोई नहीं गाइज आप भी इतने हम वीडियो का एंड करते हैं तो बहुत जल्दी मिलेंगे नवी वीडियो के नाल जे थोड़ा मेरी वीडियो वधिया लगी लाइक शेयर कमेंट जरूर कर दियो तो मेरा चैनल भी सबसक्राइब कर लियो तो बहुत जल्दी मिलते हैं नवी वीडियो के नाल ओके बाय।